ਇਸ ਨੂੰ ਬਣਾਉਣ ਲਈ ਤੁਹਾਨੂੰ ਲੋੜ ਪਏਗੀ ਪੁਰਾਣੀ CD ਅਤੇ DVD ਦੀ ਅਤੇ ਪਲਾਸਟਿਕ ਬੋਟਲ ਦੀ। 45 ਡਿਗਰੀ ਐਂਗਲ 'ਤੇ 2 ਟੇਡੇ ਕੱਟ ਲਗਾਓ। ਬੋਟਲ ਨੂੰ ਘੁਮਾਉਂਦਿਆਂ ਹੀ ਤੁਹਾਨੂੰ ਸਪਾਇਰਲ ਸਰਵਿਕਸ ਦਿਖਣਗੀਆਂ। CD ਨੂੰ 2 ਹਿੱਸਿਆਂ ਵਿੱਚ ਕੱਟ ਲਵੋ। CD ਦੀ ਫਲੈਟ ਸਾਈਡ ਨੂੰ ਬੋਟਲ ਦੇ ਕੱਟਸ ਵਿੱਚ ਫਸਾ ਦਵੋ ਰਬੜ ਗਲੂ ਨਾਲ ਅਤੇ ਥੋੜ੍ਹੀ ਦੇਰ ਸੁੱਕਣ ਦਿਓ। ਇਹ CD ਦੇ ਹਿੱਸੇ ਬੋਟਲ ਸਪਿਨਰ ਦੇ ਬਲੇਡਸ ਦੀ ਤਰ੍ਹਾਂ ਕੰਮ ਕਰਨਗੇ। ਰੰਗੀਨ ਟੇਪ ਨਾਲ ਬੋਟਲ ਨੂੰ ਸਜਾਓ ਅਤੇ 2 ਮੋਰੀਆਂ ਕਰੋ ਬੋਟਲ ਦੇ ਢੱਕਣ ਅਤੇ ਬੇਸ ਵਿੱਚ। ਮੋਰੀ ਪਾਉਣ 'ਤੇ ਢੱਕਣ ਅਤੇ ਬੋਟਲ ਦੇ ਬੇਸ ਵਿੱਚ ਸਾਈਕਲ ਦੀ ਸਪੋਕ ਅਤੇ ਮੋਤੀ ਦੋਨੋਂ ਸਿਰੇ ਤੋਂ ਬੁਣੋ। ਇਹ ਮੋਤੀ ਆਕਰਸ਼ਣ ਜ਼ਿਆਦਾ ਪੈਦਾ ਹੋਣ ਤੋਂ ਬਚਾਉਣਗੇ। ਬੋਟਲ ਨੂੰ ਪੱਖੇ ਥੱਲੇ ਰੱਖੋ ਅਤੇ ਤੁਸੀਂ ਦੇਖੋਗੇ ਕਿ ਬਲੇਡ ਕਿੰਨੀ ਸੋਹਣੀ ਤਰ੍ਹਾਂ ਘੁੰਮਣਗੇ।